ਡਰਾਮੇ ਡਰੂਮੇ ਕਰਨ ਚਾਹੀਦੇ ਆ ਤੇ ਕਈ ਵਾਰੀ ਲੇਡੀ ਕਰੈਕਟਰ ਕਰਨਾ ਪੈ ਜਾਂਦਾ ਉੱਥੇ ਫਿਰ ਹੋ ਜਾਂਦਾ ਇੱਦਾਂ ਤੁਸੀਂ ਬਹੁਤ ਨਿਭਾਏ ਹਾਂ ਹਾਂਜੀ ਹਾਂਜੀ ਮੈਂ ਬਾਤ ਮੈਂ ਤਾਂ ਬੂ ਮੈਂ ਡਰ ਗਈ ਨਹੀਂ ਤੂੰ ਕਾਹੜੀ ਹੈ ਨਹੀਂ ਤੂੰ ਹਾਏ ਨਹੀਂ ਮੈਂ ਤਾਂ ਤੈਨੂੰ ਪਛਾਣਿਆ ਨਹੀਂ ਹੈਗਾ ਤੁਹਾਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਮੈਨੂੰ ਮੈਨੂੰ ਟੀਕੇ ਤੋਂ ਡਰ ਲੱਗਦਾ ਮੈਂ ਡਾਕਟਰ ਨੂੰ ਜਾ ਕੇ ਇੱਕੋ ਹੀ ਗੱਲ ਕਹੀ ਸੀ ਮੈਂ ਕਿਹਾ ਭਾਜੀ ਖਾਣ ਵਾਲੀਆਂ ਦੇ ਦਿਓ ਟੀਕਾ ਨਾ ਲਾਇਆ ਉਹ ਡਾਕਟਰ ਟੀਕਾ ਲਾਉਣ ਵਾਸਤੇ ਮਸ਼ਹੂਰ ਆ ਉਹ ਕਹਿੰਦਾ ਬਾਈ ਮੈਂ ਨਹੀਂ ਲਾਉਂਦਾ ਫਿਰ ਮੈਂ ਖੁਰਾਕਾਂ ਹੀ ਲਈਆਂ ਟੀਕਾ ਨਹੀਂ ਲਵਾਇਆ ਜੀ 1 ਮਾਰਚ ਨੂੰ ਤੁਸੀਂ ਸਾਰੇ ਤਿਆਰ ਹੋ ਜਾਓ ਫਿਲਮ ਦੇਖਣ ਵਾਸਤੇ ਅਤੇ ਜ਼ਰੂਰ ਦੇਖਿਓ ਬੱਚਿਆਂ ਨੂੰ ਲੈ ਕੇ ਜਾਇਓ ਬਹੁਤ ਹੀ ਡਰਾਉਣ ਵਾਲੀ ਫਿਲਮ ਨਹੀਂ ਹੈ ਬੱਚੇ ਹੱਸਣਗੇ ਫਿਲਮ ਇੰਡਸਟਰੀ ਦੀ ਸਾਡੀ ਪੰਜਾਬੀ ਇੰਡਸਟਰੀ ਦੀ ਕਰੀਮ ਸਾਰੀ ਹੋਈ ਆ ਪੰਜਾਬੀ ਮੂਵੀ ਬੂਮ ਮੈਂ ਡਰ ਗਈ ਰਿਲੀਜ਼ ਹੋਣ ਜਾ ਰਹੀ ਹੈ 1 ਮਾਰਚ ਨੂੰ ਤਾਂ ਸਾਡੇ ਨਾਲ ਮੌਜੂਦ ਨੇ ਦਿਲਾਵਰ ਸਿੱਧੂ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਜ਼ਿਆਦਾ ਪਹਿਚਾਣ ਦੇ ਵੀ ਹੈ ਬਹੁਤ ਜ਼ਿਆਦਾ ਪਿਆਰ ਵੀ ਦਿੰਦੇ ਨੇ ਹਰ ਮੂਵੀ ਦੇ ਵਿੱਚ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਬਹੁਤ ਵਧੀਆ ਜੀ ਅਤੇ ਅੱਜ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੀ ਫਿਲਮ ਅੱਜ ਅਨਾਊਂਸ ਹੋ ਗਈ ਵੀ 1 ਮਾਰਚ ਨੂੰ ਸਿਨੇਮੇ ਘਰਾਂ 'ਚ ਲੱਗ ਰਹੀ ਹੈ ਤੋ ਬਹੁਤ ਦੇਰ ਤੋਂ ਇਸ ਫਿਲਮ ਦੀ ਆਸ ਸੀ ਸਾਨੂੰ ਅਸੀਂ ਉਮੀਦਾਂ ਲਾਈ ਬੈਠੇ ਸੀ ਵੀ ਇਹ ਫਿਲਮ ਕਦੋਂ ਸਿਨੇਮੇ 'ਚ ਆਵੇ ਪਰ ਉਹ ਦਿਨ ਆ ਹੀ ਗਿਆ ਵੀ 1 ਮਾਰਚ ਨੂੰ ਤੁਸੀਂ ਸਾਰੇ ਤਿਆਰ ਹੋ ਜਾਓ ਫਿਲਮ ਦੇਖਣ ਵਾਸਤੇ ਅਤੇ ਜ਼ਰੂਰ ਦੇਖਿਓ ਬੱਚਿਆਂ ਨੂੰ ਲੈ ਕੇ ਜਾਇਓ ਬਹੁਤ ਹੀ ਡਰਾਉਣ ਵਾਲੀ ਫਿਲਮ ਨਹੀਂ ਹੈ ਬੱਚੇ ਹੱਸਣਗੇ ਬੂ ਮੈਂ ਡਰ ਗਈ ਇੱਕ ਕੈਚੀ ਨਾਮ ਹੈ ਉਹਦੇ ਕਰਕੇ ਨਾ ਤੁਸੀਂ ਬੱਚਿਆਂ ਨੂੰ ਘਰੇ ਛੱਡ ਜਾਓ ਵੀ ਬਈ ਤਾਂ ਬੂ ਮੈਂ ਡਰ ਗਈ ਦਾ ਮਤਲਬ ਵੀ ਸ਼ਾਇਦ ਡਰਾਉਣਗੇ ਕਈ ਵਾਰ ਹਾਸੇ ਦੇ ਵਿੱਚ ਵੀ ਪੰਜਾਬੀ ਕਹਿ ਦਿੰਦੇ ਆ ਨਾ ਹਾਂਜੀ ਹਾਂਜੀ ਹਾਂ ਹਾਂ ਅਤੇ ਬਹੁਤ ਵੱਡੀ ਕਾਸਟ ਹੈ ਫਿਲਮ ਦੀ 50 ਤੋਂ 60 ਜਿਹੜੇ ਮੇਨ ਆਪਣੀ ਇੰਡਸਟਰੀ ਦੇ ਮੇਨ ਕਲਾਕਾਰ ਨੇ ਸਾਰਿਆਂ ਨੇ ਹੀ ਕੰਮ ਕੀਤਾ ਹੋਇਆ ਇਹਦੇ ਵਿੱਚ ਗਿਣਾਂਗੇ ਤਾਂ ਬਹੁਤ ਵੱਡੀ ਲਿਸਟ ਬਣ ਜੂਗੀ ਅਤੇ ਉਹਨਾਂ 'ਚੋਂ ਇੱਕ ਛੋਟਾ ਜਿਹਾ ਕਿਰਦਾਰ ਮੈਨੂੰ ਵੀ ਮਿਲਿਆ ਗਾ ਮੈਂ ਫਨੀ ਜਾਂ ਵਿਲਨ ਇਹਦੇ ਵਿੱਚ ਕਰੈਕਟਰ ਕੀਤਾ ਹੈਗਾ ਅਤੇ ਰਾਜੂ ਵਰਮਾ ਜੀ ਨੇ ਇਹਨੂੰ ਫਿਲਮ ਨੂੰ ਲਿਖਿਆ ਹੈਗਾ ਸੋਨੀ ਨੱਡਾ ਜੀ ਨੇ ਪ੍ਰੋਡਿਊਸ ਕੀਤਾ ਅਤੇ ਮਨਜੀਤ ਸਿੰਘ ਟੋਨੀ ਨੇ ਇਹਨਾਂ ਨੂੰ ਡਾਇਰੈਕਟ ਕੀਤਾ ਯੋਗਰਾਜ ਭਾਅ ਜੀ ਨੇ ਰੋਸ਼ਨ ਪ੍ਰਿੰਸ ਜੀ ਨੇ ਈਸ਼ਾ ਰਿਖੀ ਜੀ ਨੇ ਅਨੀਤਾ ਦੇਵਗਨ ਜੀ ਨੇ ਬਹੁਤ ਸਾਰੇ ਕਲਾਕਾਰ ਨੇ ਕਰਮਵੀਰ ਅਨਮੋਲ ਜੀ ਨੇ ਮੇਨ ਮੇਨ ਜਿਹੜੇ ਫਿਲਮ ਇੰਡਸਟਰੀ ਦੀ ਸਾਡੀ ਪੰਜਾਬੀ ਇੰਡਸਟਰੀ ਦੀ ਕਰੀਮ ਸਾਰੀ ਹੋਈ ਆ ਥੋੜੇ ਥੋੜੇ ਰੋਲ ਦੇ ਵਿੱਚ ਬਹੁਤ ਵੱਡਾ ਵੱਡਾ ਸਾਰੇ ਦਿਖਣਗੇ ਕੰਮ ਹੈ ਨਾ ਨਹੀਂ ਥੋੜੇ ਥੋੜੇ ਰੋਲ 'ਚ ਨਹੀਂ ਵਾਹਵਾ ਵੱਡੇ ਵੱਡੇ ਰੋਲ 'ਚ ਸਾਰੇ ਦਿਸਣਗੇ ਉਹ ਪੂਰੇ ਭਰਮੇ ਫਰੇਮ ਦੀ ਫਿਲਮ ਹੈਗੀ ਤੁਹਾਨੂੰ ਹਰ ਜਿੱਦਾਂ ਆਹ ਭਰਿਆ ਹੋਇਆ ਨਾ ਹੁਣ ਇੰਨੇ ਇੰਨੇ ਕਲਾਕਾਰ ਤੁਹਾਨੂੰ ਨਜ਼ਰ ਆਉਣਗੇ ਬਹੁਤ ਜ਼ਿਆਦਾ ਫਨ ਕਰਦੀ ਹੈ ਫਿਲਮ ਦਾ ਵਿਸ਼ਾ ਇੰਨਾ ਵਧੀਆ ਹੈਗਾ ਅਤੇ ਤੁਹਾਨੂੰ ਬੋਰ ਨਹੀਂ ਕਰੂਗਾ ਤਾਂ ਤੁਸੀਂ ਵੀ ਵੈਸੇ ਅਸਲ ਜ਼ਿੰਦਗੀ 'ਚ ਵਰਡ ਸੱਚੀ ਸੁਣਿਆ ਬੂ ਮੈਂ ਡਰ ਗਈ ਬਹੁਤ ਵਾਰੀ ਸੁਣਿਆ ਬੂ ਮੈਂ ਡਰ ਗਈ ਹਾਂ ਮੈਂ ਡਰਾਮੇ ਡਰੂਮੇ ਕਰਨ ਚਾਹੀਦੇ ਆ ਅਤੇ ਕਈ ਵਾਰੀ ਲੇਡੀ ਕਰੈਕਟਰ ਕਰਨਾ ਪੈ ਜਾਂਦਾ ਉੱਥੇ ਫਿਰ ਹੋ ਜਾਂਦਾ ਇੱਦਾਂ ਤੁਸੀਂ ਬਹੁਤ ਨਿਭਾਏ ਹਾਂ ਹਾਂਜੀ ਹਾਂਜੀ ਮੈਂ ਬਾਤ ਮੈਂ ਤਾਂ ਬੂ ਮੈਂ ਡਰ ਗਈ ਨਹੀਂ ਤੂੰ ਕਾਹੜੀ ਹੈ ਨਹੀਂ ਕਹਿੰਦੀ ਹਾਏ ਨਹੀਂ ਮੈਂ ਤਾਂ ਤੈਨੂੰ ਪਛਾਣਿਆ ਨਹੀਂ ਹੈਗਾ ਕਰ ਲਈ ਦੀਆਂ ਜਦੋਂ ਇਹ ਜਿਹਾ ਕਰੈਕਟਰ ਕਰਨਾ ਪੈਂਦਾ ਫਿਰ ਉਹ 'ਚ ਬੂ ਮੈਂ ਡਰ ਦੀ ਮੂੰਹ 'ਚੋਂ ਨਿਕਲ ਜਾਂਦਾ ਜੀ ਤੁਹਾਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਮੈਨੂੰ ਮੈਨੂੰ ਟੀਕੇ ਤੋਂ ਡਰ ਲੱਗਦਾ ਹਲੇ ਵੀ ਨਹੀਂ ਡਰ ਗਿਆ ਮੈਂ ਪਰਸੋਂ ਮੈਨੂੰ ਫੀਵਰ ਹੋ ਗਿਆ ਸੀ ਅਤੇ ਮੈਂ ਡਾਕਟਰ ਨੂੰ ਜਾ ਕੇ ਇੱਕੋ ਹੀ ਗੱਲ ਕਹੀ ਸੀ ਮੈਂ ਕਿਹਾ ਭਾਜੀ ਖਾਣ ਵਾਲੀਆਂ ਦੇ ਦਿਓ ਟੀਕਾ ਨਾ ਲਾਇਓ ਉਹ ਡਾਕਟਰ ਟੀਕਾ ਲਾਉਣ ਵਾਸਤੇ ਮਸ਼ਹੂਰ ਆ ਉਹ ਕਹਿੰਦਾ ਬਾਈ ਮੈਂ ਨਹੀਂ ਲਾਉਂਦਾ ਫਿਰ ਮੈਂ ਖੁਰਾਕਾਂ ਹੀ ਲਈਆਂ ਟੀਕਾ ਨਹੀਂ ਲਵਾਇਆ ਜੀ ਮੈਨੂੰ ਲੱਗਦਾ ਬਚਪਨ ਦੇ ਵਿੱਚ ਤਾਂ ਫਿਰ ਮੰਮੀ ਨੂੰ ਬੜਾ ਦਿੱਕਤ ਆਈ ਹੋਊਗੀ ਤੁਹਾਨੂੰ ਟੀਕਾ ਲਵਾਉਣ ਨੂੰ ਮੈਂ ਸਾਡੇ ਜਦੋਂ ਟੀਕਾ ਲਾਉਣ ਆਏ ਨਾ ਮੈਨੂੰ ਯਾਦ ਆ ਵੀ ਮੈਂ ਸਕੂਲ 'ਚ ਸੀਗਾ ਜਦੋਂ ਸਾਡੇ ਟੀਕੇ ਲੱਗਦੇ ਸੀ ਉਰੇ ਮੈਂ ਕੋਠੇ ਤੋਂ ਛਾਲ ਮਾਰ ਕੇ ਭੱਜ ਗਿਆ ਸੀਗਾ ਅੱਛਾ ਮੈਂ ਲੱਤ ਨਹੀਂ ਦੇਖੀ ਵੀ ਲੱਤ ਟੁੱਟ ਜੂਗੀ ਮੈਂ ਛਾਲ ਮਾਰ ਕੇ ਕੋਠੇ ਤੋਂ ਭੱਜ ਗਿਆ ਸੀ ਮੈਂ ਟੀਕਾ ਨਹੀਂ ਲਵਾਉਣਾ ਉਹ ਮੈਨੂੰ ਉਹ ਯਾਦ ਰਹਿੰਦਾ ਮੇਰੇ ਹਮੇਸ਼ਾ
ਧੰਨਵਾਦ ਸਰ। ਇੰਨੇ ਕੀ ਕਲਿੱਪ ਦੇ ਵਿੱਚ ਪਤਾ ਲੱਗ ਗਿਆ ਕਿ ਮੂਵੀ ਕਿਸ ਤਰ੍ਹਾਂ ਦੀ ਹੋਊਗੀ, ਦਿਲਾਵਰ ਸਿੰਘ ਨਾਲ ਆਪਾਂ ਗੱਲਬਾਤ ਕੀਤੀ ਹੈ, ਕਿਸ ਤਰ੍ਹਾਂ ਦਾ ਕਿਰਦਾਰ ਜਿਹੜਾ ਕਿ ਮੂਵੀ ਦੇ ਵਿੱਚ ਦੇਖਣੀ, ਇੰਨੇ ਕਲਿੱਪ ਦੇ ਵਿੱਚ ਇੰਨੀ ਮਜ਼ੇਦਾਰ ਗੱਲਾਂ, ਤਾਂ ਮੂਵੀ ਦੇ ਵਿੱਚ ਕਿੰਨਾ ਵਧੀਆ ਹੋਊਗਾ। ਤਾਂ ਮੂਵੀ ਦੇਖਣ ਲਈ 1 ਮਾਰਚ ਨੂੰ ਜ਼ਰੂਰ ਪਹੁੰਚੇ। ਬੂਮ ਮੈਂ ਡਰ ਗਈ ਮੂਵੀ ਰਿਲੀਜ਼ ਹੋਣ ਜਾ ਰਹੀ ਹੈ, ਤਾਂ ਹੋਵੇ ਦੀ ਅਪਡੇਟ ਸੀ ਤੁਸੀਂ ਦੇਖ ਦੋ ਜਾਣ ਟਾਈਮਸ। ਕੈਮਰਾ ਮੈਂ ਸਤਵੰਦਨਾ ਮਹਿਸ਼ ਕੌਰ।